ਮੋਹਾਲੀ ਦੇ ਖਰੜ 'ਚ ਹੋਈ ਖੌਫਨਾਕ ਵਾਰਦਾਤ। ਸੰਨੀ ਇਨਕਲੇਵ 'ਚ ਫੈਲੀ ਸਨਸਨੀ। ਲੜਕੀ ਦਾ ਗਲਾ ਵੱਟ, ਦਰਦਨਾਕ ਮੌਤ ਦਿੱਤੀ ਗਈ। ਮੋਹਾਲੀ ਦੇ ਖਰੜ ਦੇ ਸੰਨੀ ਇਨਕਲੇਵ 'ਚ ਸਮੇਂ ਸਨਸਨੀ ਫੈਲੀ ਹੋਈ ਹੈ, ਕਿਉਂਕਿ ਇੱਥੇ ਇੱਕ ਕਤਲ ਹੋਇਆ ਹੈ। ਇੱਕ ਲੜਕੀ ਦਾ ਗਲਾ ਵੱਢ ਕੇ ਉਸ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ। ਆਖਿਰ ਇਸ ਕਤਲ ਦੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ, ਇਹ ਹਾਲੇ ਸਾਫ਼ ਨਹੀਂ ਹੋ ਸਕਿਆ, ਪਰ ਪੁਲਿਸ ਕਾਤਲ ਤੱਕ ਜ਼ਰੂਰ ਪਹੁੰਚ ਗਈ ਹੈ। ਜੀ ਹਾਂ, ਮੋਹਾਲੀ ਦੇ ਖਰੜ, ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਹੈ, ਉਸੇ ਦੇ ਸੰਨੀ ਇਨਕਲੇਵ 'ਚ ਅਚਾਨਕ ਸਨਸਨੀ ਫੈਲ ਗਈ, ਕਿਉਂਕਿ ਇੱਥੇ ਇੱਕ ਲੜਕੀ ਦਾ ਬੇਰਹਿਮੀ ਦੇ ਨਾਲ ਗਲ ਵੱਢ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਏਕਤਾ ਦੇ ਵਜੋਂ ਹੋਈ ਹੈ, ਜਿਸ ਦੀ ਲਾਸ਼ ਉਸੇ ਦੇ ਘਰ ਦੇ ਕਮਰੇ 'ਚੋਂ ਬਰਾਮਦ ਕੀਤੀ ਗਈ ਹੈ। ਬੜੀ ਹੀ ਬੇਰਹਿਮੀ ਦੇ ਨਾਲ ਇਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਲੜਕੀ ਅਤੇ ਉਸਦਾ ਪਰਿਵਾਰ ਇੱਥੇ ਰਹਿਣ ਦੇ ਲਈ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਕਾਤਲ ਪਰਿਵਾਰ ਦੀ ਕਾਰ ਵੀ ਚੋਰੀ ਕਰਕੇ ਲੈ ਗਿਆ ਅਤੇ ਪਰਿਵਾਰ ਨੂੰ ਇੱਕ ਮੈਸੇਜ ਆਇਆ ਕਿ ਉਹਨਾਂ ਦੀ ਕਾਰ ਦਾ ਕਿਤੇ ਐਕਸੀਡੈਂਟ ਹੋ ਗਿਆ ਹੈ। ਉੱਥੇ ਪੁਲਿਸ ਦਾ ਕਹਿਣਾ ਕਿ ਕਾਤਲ ਦਾ ਹਰਿਆਣਾ 'ਚ ਐਕਸੀਡੈਂਟ ਹੋ ਗਿਆ ਹੈ ਅਤੇ ਫਿਲਹਾਲ ਉਹ ਹਸਪਤਾਲ 'ਚ ਜ਼ੇਰੇ ਇਲਾਜ ਹੈ। ਐਕਸੀਡੈਂਟ ਰਿਪੋਰਟ ਹੋਇਆ ਚੌਂਕੀ ਸਨੀ ਇਨਕਲੇਵ ਥਾਣਾ ਸਿਟੀ ਖਰੜ ਦੇ ਏਰੀਏ 'ਚ ਕਿ ਇੱਕ 27 ਸਾਲ ਦੀ ਲੜਕੀ ਹੈਗੀ ਹੈ, ਉਹਦਾ ਜਿਹੜਾ ਮਰਡਰ ਕੀਤਾ ਕਿਸੇ ਨੇ। ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਮੌਕਾ ਤੋਂ ਜੋ ਮੁੱਢਲੀ ਤਫਤੀਸ਼ ਕਰਕੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਅਤੇ ਦੋਸ਼ੀ ਜਿਹੜਾ ਹੈਗਾ ਉਹ ਵੀ ਉਹਨੂੰ ਆਇਡੈਂਟੀਫਾਈ ਕਰਕੇ ਅਤੇ ਉਹਨੂੰ ਵੀ ਟਰੇਸ ਕਰ ਲਿਆ। ਜੀ ਹਾਂ, ਪੁਲਿਸ ਦਾ ਕਹਿਣਾ ਸੀ ਕਿ ਮੁਲਜ਼ਮ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ, ਜਲਦ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਲੜਕੀ ਦੀ ਪਛਾਣ ਦਾ ਹੀ ਹੈ, ਕਿਉਂਕਿ ਘਰ 'ਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸਬੂਤ ਨਹੀਂ ਮਿਲੇ। ਫਿਲਹਾਲ ਇਹ ਗੱਲ ਹਾਲੇ ਸਾਫ਼ ਨਹੀਂ ਹੋ ਸਕੀ ਹੈ ਕਿ ਇਸ ਵਾਰਦਾਤ ਨੂੰ ਆਖਿਰ ਕਿਉਂ ਅੰਜਾਮ ਦਿੱਤਾ ਗਿਆ। ਬੇਸਿਕਲੀ ਜੀ, ਇਨੀਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ 'ਤੇ ਜੋ ਇਨੀਸ਼ੀਅਲ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਆ, ਉਹਦੇ 'ਚ ਇਹੀ ਸਾਹਮਣੇ ਆਇਆ ਕਿ ਜੋ ਦੋਸ਼ੀ ਆ ਅਤੇ ਜੋ ਪੀੜਿਤ ਨੇ ਇਹ ਦੋਨੋਂ ਇੱਕ ਦੂਜੇ 'ਤੇ ਨੋਨ ਸੀਗੇ ਅਤੇ ਸਹਿਮਤੀ ਨਾਲ ਹੀ ਘਰ ਦੇ ਅੰਦਰ ਗਏ ਆ। ਕੋਈ ਫੋਰਸੀਬਲ ਐਂਟਰੀ ਨਹੀਂ ਹੈਗੀ, ਕੋਈ ਬਾਡੀ 'ਤੇ ਸਟਰਗਲ ਮਾਰਕਸ ਵਗੈਰਾ ਨਹੀਂ ਹੈਗੇ, ਤਾਂ ਮਤਲਬ ਉਹ ਚੀਜ਼ ਕੋਈ ਫੋਰਸੀਬਲੀ ਕੋਈ ਅਜਿਹੀ ਐਂਟਰੀ ਜਾਂ ਉਹ ਚੀਜ਼ ਨਹੀਂ ਸਾਹਮਣੇ ਆਈ। ਬਾਕੀ ਜਿਹੜਾ ਲੜਕਾ ਉਹਦਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ, ਉਹ ਵੀ ਅਜੇ ਹੋਸਪਿਟਲ 'ਚ ਹੀ ਹੈਗਾ। ਜਦੋਂ ਉਹ ਰਿਕਵਰ ਹੋਇਆ ਤਾਂ ਉਹਦੇ ਤੋਂ ਉਹਦੀ ਕੁਐਸਚਨਿੰਗ ਤੋਂ ਫਰਦਰ ਪਤਾ ਲੱਗੇਗਾ। ਉਹਦਾ ਫਰੈਂਡ ਸੀਗਾ ਜੀ ਜਿਹੜਾ ਦੋਸ਼ੀ ਹੈਗਾ, ਲੜਕੀ ਜਿਹੜੀ ਮ੍ਰਿਤਕ ਹੈਗੀ ਹੈ, ਇੱਕ ਤਾਂ ਉਹਦਾ ਫਰੈਂਡ ਸੀਗਾ ਜਿਹੜਾ ਦੋਸ਼ੀ ਆ ਅਨਸ। ਇਹ ਜੀ ਪਿੱਛੇ ਯੂਪੀ ਦਾ ਰਹਿਣ ਵਾਲਾ ਅਤੇ ਹੁਣ ਇਹ ਚੰਡੀਗੜ੍ਹ ਰਹਿ। ਜਵਾਨ ਧੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਦੇ ਹੰਝੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਖੈਰ, ਹੁਣ ਵੇਖਣਾ ਇਹ ਹੋਵੇਗਾ ਕਿ ਇਸ ਕਤਲ ਦੇ ਪਿੱਛੇ ਦੀ ਕੀ ਵਜ੍ਹਾ ਨਿਕਲ ਕੇ ਸਾਹਮਣੇ ਆਉਂਦੀ ਹੈ, ਆਖਿਰ ਇਸ ਵਾਰਦਾਤ ਦੇ ਪਿੱਛੇ ਦੇ ਕੀ ਕਾਰਨ ਨਿਕਲ ਕੇ ਸਾਹਮਣੇ ਆਉਂਦੇ ਨੇ। ਪੁਲਿਸ ਇਸ ਮਾਮਲੇ 'ਚ ਅੱਗੇ ਹੋਰ ਕਿਹੜਾ ਵੱਡਾ ਖੁਲਾਸਾ ਕਰਦੀ ਹੈ। ਮੋਹਾਲੀ ਤੋਂ ਰਵਿੰਦਰ ਮੀਤ ਦੇ ਨਾਲ ਦਲਜੀਤ ਸਿੰਘ ਦੀ ਰਿਪੋਰਟ, BBC ਨਿਊਜ਼।